ਹੋਊਗਾ ਜਿੱਥੋਂ ਦੀ ਕਰਿਆ ਕਿ ਸ਼ੀਟਾਂ ਦੀ ਕਪੈਸਿਟੀ ਉਹਨਾਂ ਨੂੰ ਵੀ ਇੱਕ ਦੋ ਮਹੀਨੇ ਜਾਂ ਜਿੰਨਾ ਵੀ ਚਿਰ ਚਲੋ ਤੁਹਾਨੂੰ ਅਜੇ ਛੋਟ ਦਿੱਤੀ ਦੂਜਾ ਸਮਾਨ ਤੁਸੀਂ ਆਉਂਦਾ ਪੂਰਾ ਕਰ श्री मुक्तसर साहिब के समूह स्कूल वैन चालकों ने डीसी राजदीप कौर मंग पत्र अते वैना दे कट्टे चलान रद्द करन दी कीती मांग। इस उपरंत जानकारी दिंदे अगुआ ने दस्या कि करोना काल दौरान आई आफत ने पहले स्कूल वैन चालकों नूं मंदहाली दौर विच धक्क दित्ता अते हुण जदों स्कूल खुले हन तां वैना दे चलान कीते जा रहे हैं जिस कारण वैन चालक परेशानी दे आलम विच हन। उन्होंने कहा कि वैन चालक की सरकार नूं अपील है कि वैन दे कीते गए चलान रद्द कीते जाण। उन्होंने कहा कि जेकर साडियां मंगां ना मन्नियां गईआं ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। ਸ਼੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਬੜਿੰਗ ਦੀ ਰਿਪੋਰਟ, ਲਾਈਵ ਭਾਰਤ। ਹਾਂਜੀ ਬਾਈ ਜੀ, ਮੇਰਾ ਨਾਮ ਤਰਸੇਮ ਸਿੰਘ ਧਾਮਕੋਟ। ਬਾਈ ਜੀ, ਇਹਦੇ ਵਿੱਚ ਕੀ ਸੀਗਾ, ਕੱਲ੍ਹ ਐਸ ਡੀ ਐਮ ਐਮ ਅਤੇ ਡੀ ਐਸ ਪੀ ਸਾਹਿਬ ਨੇ ਜਾਂ ਜਿਹੜੇ ਟ੍ਰੈਫਿਕ ਇੰਚਾਰਜ ਸਾਹਿਬ ਸੀਗੇ ਉਹਨਾਂ ਨੇ ਲਿਟਲ ਫਲਾਵਰ ਸਕੂਲ ਦੇ ਵਿੱਚ ਜਾ ਕੇ ਸਕੂਲ ਵੈਨਾਂ ਦੇ ਚਲਾਨ ਕੀਤੇ ਸੀਗੇ। ਉਹਦੇ ਸੰਬੰਧ ਵਿੱਚ ਅੱਜ ਅਸੀਂ ਐਸ ਡੀ ਐਮ ਮੈਡਮ ਨੂੰ ਮਿਲੇ ਹਾਂ ਕਿ 2 ਸਾਲਾਂ ਤੋਂ ਜਿਹੜੇ ਸਾਡੇ ਸਕੂਲ ਸੀਗੇ ਉਹ ਬੰਦ ਪਏ ਆ ਅਤੇ ਸਾਨੂੰ ਇਹਦੇ ਵਿੱਚ ਕੁਛ ਰਾਹਤ ਦਿੱਤੀ ਜਾਵੇ। ਮੈਡਮ ਨੇ ਵੀ ਸਾਨੂੰ ਭਰੋਸਾ ਦਵਾਇਆ, ਬੜੀ ਵਧੀਆ ਉਹਨਾਂ ਦੇ ਨਾਲ ਮੀਟਿੰਗ ਹੋਈ, ਉਹਨਾਂ ਨੇ ਬਹੁਤ ਵਧੀਆ ਸਾਨੂੰ ਸੁਣਿਆ ਅਤੇ ਆਪਦੇ ਵੀ ਕੁਛ ਜਿਹੜੇ ਸੁਝਾਅ ਸੀਗੇ ਉਹ ਸਾਨੂੰ ਉਹਨਾਂ ਨੇ ਦਿੱਤੇ ਆ ਵੀ ਤੁਹਾਨੂੰ ਕੁਛ ਸਮਾਂ ਵੀ ਦਿੱਤਾ ਜਾਂਦਾ, ਕੁਛ ਜਿਹੜੀਆਂ ਮੇਨ ਮੇਨ ਜ਼ਰੂਰੀ ਗੱਲਾਂ ਉਹ ਤੁਸੀਂ ਆਪਦੀਆਂ ਪੂਰੀਆਂ ਕਰ ਲਓ ਅਤੇ ਤੁਹਾਡੇ ਨਾਲ ਅਸੀਂ ਸਹੀ ਜਿਹੜਾ ਉਹ ਕੋਆਪਰੇਟ ਤੁਹਾਨੂੰ ਕਰਾਂਗੇ ਅਤੇ ਜਿਹੜੀਆਂ ਗੱਡੀਆਂ ਦੇ ਚਲਾਨ ਥੋੜ੍ਹੇ ਬਹੁਤੇ ਹੋਏ ਆ ਉਹਦੇ 'ਚ ਵੀ ਉਹਨਾਂ ਨੇ ਕਿਹਾ ਤੁਹਾਨੂੰ ਅਸੀਂ ਰਾਇਤ ਦਵਾਵਾਂਗੇ। ਸ਼ਮਸ਼ੇਰ ਸਿੰਘ ਜੀ, ਕਾਰਨ ਇਹ ਸੀ ਵੀਰ ਜੀ, ਕੱਲ੍ਹ ਇੱਥੇ ਲਿਟਲ ਫਲਾਵਰ ਸਕੂਲ ਦੇ ਵਿੱਚ ਕੁਝ ਵੈਨਾਂ ਦੇ ਚਲਾਨ ਕੀਤੇ ਗਏ ਸੀਗੇ। ਉਹਦੇ ਸੰਬੰਧ ਵਿੱਚ ਐਸ ਡੀ ਐਮ ਸਾਹਿਬ ਨੂੰ ਮਿਲੇ ਸੀ ਅਸੀਂ ਅੱਜ। ਐਸ ਡੀ ਐਮ ਸਾਹਿਬ ਨੇ ਸਾਨੂੰ ਅੱਜ ਭਰੋਸਾ ਦਵਾਇਆ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੈਨਾਂ ਵਾਲੇ ਸੁਧਾਰ ਕਰਨਗੇ, ਕੁਝ ਉਹ ਵੀ ਸਾਡੇ ਨਾਲ ਸਰਕਾਰ ਥਰੂ ਡੀਲ ਕਰਨਗੇ ਜੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੈਨਾਂ ਵਾਲੇ ਆ ਉਹ ਵੀ ਗੱਡੀਆਂ ਦਾ ਸੁਧਾਰ ਕਰ ਲੈਣਗੇ, ਅਤੇ ਜੋ ਚਲਾਨ ਹੈ ਉਹ ਵੀ ਅੱਜ ਉਹਨਾਂ ਨੇ ਕਹਿ ਦਿੱਤਾ ਕਿ ਅੱਜ ਚਲਾਨ ਜੋ ਛੋਟੇ ਛੋਟੇ ਚਲਾਨ ਸੀ ਉਹ ਪੇਪਰ ਵਾਪਸ ਕਰ ਦਿੱਤੇ ਜਾਣਗੇ, ਕਿਸੇ ਦਾ ਕੋਈ ਖਾਸ ਚਲਾਨ ਨਹੀਂ ਕੱਟਿਆ ਗਿਆ। ਵਧੀਆ ਮੀਟਿੰਗ ਹੋਈ ਆ ਐਸ ਡੀ ਐਮ ਸਾਹਿਬ ਨਾਲ, ਵਧੀਆ ਉਹਨਾਂ ਨੇ ਸਾਡੇ ਨਾਲ ਡੀਲ ਕੀਤਾ ਜੀ।